ਅਸਲਾਮ ਵਾਲੇਕੁਮ ਸੰਗਤ, ਕੀ ਹਾਲ ਹੈ? ਠੀਕ ਹੋ ਖਰੀ? ਅਤੇ ਇਹ ਸਾਡੀ ਅੱਜ ਦੀ ਵੀਡੀਓ ਟਿਕਟੋਕ ਦੇ ਬਾਰੇ ਪਏ। ਇਹ ਵੀਡੀਓ ਕਾਫੀ ਅਹਿਮ ਹੀ ਵੇ, ਬਹੁਤ ਸਾਰੇ ਦੋਸਤਾਂ ਕੋ ਟਿਕਟੋਕ ਵੀਡੀਓ ਬਣਾਉਣ ਦਾ ਸ਼ੌਂਕ ਹੀ ਵੇ। ਅੱਜ ਇੱਕ ਬੰਦੇ ਦਾ ਪੇਪਰ ਕਢਾਏ ਸੇ। ਇਹ ਪੇਪਰ ਦੇ ਉੱਤੇ ਮਰਲ ਮਰਲ ਦਾ ਖੂਹ ਲਾਣਾ ਪਿਆ। ਆਮ ਰੂਟੀਨ ਇਹ ਲਫ਼ਜ਼ ਆਉਂਦਾ ਹੈ, ਲੇਕਿਨ ਇਹ ਪੇਪਰ ਦੇ ਉੱਤੇ ਇੱਕ ਇਜ਼ਾਫੀ ਲਫ਼ਜ਼ ਆਇਆ ਖੜਾ, ਮਨਾ ਸਫ਼ਰ ਨਾਲ। ਇਹਦੀ ਵਜ੍ਹਾ ਮੈਂ ਪਰਲੇ ਬੰਦੇ ਨੇ ਪੁੱਛੀ ਹੈ, ਮੈਂ ਕਿਹਾ ਕਿਆ ਚੱਕਰ ਹੈ, ਬੰਦੇ ਦਾ ਮਰਲ ਮਰਲ ਦਾ ਖੂਹ ਤਾਂ ਸਮਝ ਆਉਂਦੀ ਹੈ ਅਤੇ ਨਾਲ ਮਨਾ ਸਫ਼ਰ ਕਿਉਂ ਹੋਏ? ਬੁਲਾਵਾਂ ਤੇ ਮੈਂ ਕੁਝ ਸਹਿਮਾ ਕਹਿੰਦਾ, ਇਹ ਕੁਝ ਅਰਸਾ ਪਹਿਲੇ ਟਿਕਟੋਕ ਦੀ ਵੀਡੀਓ ਬਣੀ, ਸ਼ੁਰਤਾ ਆਪਣੀ ਤਫਸੀਸ ਕਰੇ ਨਾ ਵਧਾ। ਇਹ ਵੀਡੀਓ ਬਣਾ ਅਤੇ ਤਰਜਮੇ ਨਾਲ ਅਪਲੋਡ ਕੀਤੀ ਅਸਰ ਕੋ, ਅਤੇ ਰਾਤ 2 ਵਜੇ ਸ਼ੁਰਤੇ ਇੱਕ ਵਾਲਾ ਚਾਹ ਕੀਤਾ। ਇਹਦੀ ਜਾ ਤੋਂ ਇਹ ਵੀਡੀਓ ਕੰਮ ਵਾਲੀ ਜਾ ਤੇ ਬਣੀ ਗਈ। 2 ਮਹੀਨੇ ਇੱਕ ਢੱਕਿਆ ਨੇ, 2 ਮਹੀਨੇ ਦੇ ਬਾਅਦ ਇੱਕ ਛੋੜ ਦਿੱਤਾ ਨੇ। ਵਾਲਾ ਇਹ ਆਪਣੀ ਛੁੱਟੀ ਲਵੀ ਪਾਕਿਸਤਾਨ ਲਗਾ ਗਏ, 3 ਮਹੀਨੇ ਦੀ ਛੁੱਟੀ ਗਈ ਅਤੇ ਵਾਪਸ ਆਏ। 3 ਮਹੀਨੇ ਬਾਅਦ ਮਦੀਨੇ ਮਨੌਰਾ ਵਾਲੇ ਏਅਰਪੋਰਟ 'ਤੇ ਇੱਕ ਰੋਕ ਕੀਤੇ ਨੇ, ਕੁਝ ਟਾਈਮ ਇੱਕ ਜੱਲੇ ਨੇ, ਵਾਲਾ ਦੁਬਾਰਾ ਇੱਕ ਵਾਪਸ ਭੇਜ ਦਿੱਤੇ ਨੇ ਪਾਕਿਸਤਾਨ। ਅਤੇ ਅੱਜ ਇਹਦੇ ਦਾ ਪੇਪਰ ਜਿਹੜੇ ਕਢਾਏ ਸੀ, ਉੱਥੇ ਮਰਲ ਮਰਲ ਦਾ ਖੂਹ ਆਉਣਾ ਪਿਆ ਅਤੇ ਨਾਲ ਸਫ਼ਰ ਮੰਨੀ ਆਉਣਾ ਪਿਆ, ਇਹਦਾ ਕੇਸ ਨੰਬਰ ਹੀ ਆਉਣਾ ਪਿਆ। ਇਹ ਮਤਲੂਬ ਆ, ਯਾਨੀ ਜਿਹੜੇ ਟਾਈਮ ਇੱਕ ਸ਼ੁਰੂ 'ਤੇ ਛੋੜਿਆ ਇਹ ਉਹ ਟਾਈਮ ਮਤਲੂਬ ਕਹੇ ਨਾ, ਅਤੇ ਇਹਦੀ ਛੁੱਟੀ ਵਗੈਰਾ ਲੱਗ ਗਈ, ਸਫ਼ਰ ਇਹਦਾ ਹਰਸ਼ਾ ਖੁੱਲੀ ਹੋਈ ਗਈ। ਜਿਹੜੇ ਛੁੱਟੀ 'ਤੇ ਗਏ ਪਿੱਛੋਂ ਸ਼ੁਰੂ 'ਤੇ ਵਾਲਾ ਅਪਡੇਟ ਕੀਤੀ ਹੈ ਤਾਂ ਇਹਦਾ ਸਫ਼ਰ ਹੀ ਮਨਾ ਕਰਵਾ ਛੋੜੇ ਨੇ ਅਤੇ ਮਤਲੂਬ ਵੀ ਕਰਵਾ ਛੋੜੇ ਨੇ। ਵਾਲੇ ਮਦੀਨਾ ਮਨੌਰਾ ਏਅਰਪੋਰਟ 'ਤੇ ਪੁੱਜੇ, ਉੱਥੋਂ ਇੱਕ ਜੱਲੇ ਨੇ ਵਾਪਸ ਭੇਜ ਦਿੱਤੇ ਨੇ। ਟਿਕਟੋਕ 'ਤੇ ਵੀਡੀਓ ਦੇ ਚੱਕਰੇ ਤਾਂ ਇਹ ਬੰਦਾ ਆਪਣਾ ਵੀਜ਼ਾ ਜ਼ਾਇ ਕਰ ਬੈਠਾ ਹੈ। ਉਹ ਦੇਖ ਮੈਂ ਕਿਵੇਂ ਕਿਵੇਂ ਵਾਈਸ ਸੱਟਾਂ ਦੇਵਾਂਗੇ, ਵਾਈਸ ਨਾ ਸੱਟ, ਬਾਕੀ ਤੂੰ ਆਪ ਦੱਸਾ ਦੇ। ਇਸ ਸਕਰੀਨ ਦੇ ਉੱਤੇ ਤੁਸੀਂ ਪੇਪਰ ਦੇ ਪਾਓ। ਇਹ ਪੇਪਰ ਅਸਾਂ ਉਹਨੇ ਬੰਦੇ ਦਾ ਕਢਵਾ ਦੇ ਰਹੇ ਜਿਹੜੇ ਸਾਊਦੀ ਅਰਬ ਤੋਂ ਡਿਪੋਰਟ ਥੇ ਹੋਵਨ, ਲੇਕਿਨ ਇਹ ਬੰਦਾ ਡਿਪੋਰਟ ਏਅਰਪੋਰਟ ਕੋਲ ਉੱਥੇ ਆ ਵੇਂਦੇ ਹੋਏ ਵਾਪਸ ਭੇਜ ਦਿੱਤਾ ਨੇ। ਵੱਲ ਜਿਵੇਂ ਪੇਪਰ ਕਢਾਏ ਸੇ ਤਾਂ ਉੱਥੇ ਇਹ ਰਿਜ਼ਲਟ ਹੈ, ਮਰ ਰਹਿ ਮਨ ਦਾ ਖੂਲ ਦੇ ਨਾਲ ਇਹਦਾ ਸਫ਼ਰ ਮਨ ਹੀ ਆ ਗਏ। ਇਹ ਵੀਡੀਓ ਬਣਾਉਣ ਦਾ ਮਕਸਦ ਹੀ ਹੋਏ ਹਕੂਮਤ ਦੇ ਖਿਲਾਫ਼ ਜਾਂ ਕਈ ਆਮ ਸਾਊਦੀ ਦੇ ਖਿਲਾਫ਼ ਇਵੇਂ ਵੀਡੀਓ ਵਗੈਰਾ ਨਾ ਬਣੀ ਕਰੋ, ਅਤੇ ਨਾ ਹੀ ਆਪਣੇ ਕਈ ਵੀ ਅਕਾਊਂਟ ਦੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਕਰੋ, ਨਾ ਤਾਂ ਇਹ ਅੱਧੇ ਅੰਗੁਣ ਤੁਸੀਂ ਫਸ ਸਕਦੇ ਹੋ। ਇਹ ਤਾਂ ਮੰਮੂ ਹੀ ਥੀ ਚੁੱਕਾ ਹੈ, ਵੀਜ਼ੇ ਖਤਮ ਥੀ ਚੁੱਕਾ ਹੈ, ਟੋਟਲ ਇੱਕ ਆਪਣਾ ਖਸਾਰਾ ਥਾ ਇੱਕ ਵੀਡੀਓ ਦੇ ਚੱਕਰ ਹੈ, ਸਿਰਫ ਵਾਇਰਲ ਦੀਵਾਨ ਦਾ ਸ਼ੌਂਕ ਆ। ਠੀਕ ਹੈ ਸੰਗਤ, ਇਹ ਵੀਡੀਓ ਲਾਜ਼ਮ ਦੋਸਤਾਂ ਨਾਲ ਸ਼ੇਅਰ ਕਰਾਏ ਤਾਂ ਕਿ ਉਹਨੂੰ ਪਤਾ ਲੱਗੇ। ਅੱਜ ਕੱਲ੍ਹ ਜਿਹੜਾ ਟਿਕਟੋਕ ਵਾਲਾ ਹਿਸਾਬ ਤਾਂ ਬਣਿਆ ਖੜੇ ਵੀਡੀਓ ਬਣਾਉਣ ਵਾਲਾ, ਇਹ ਬੰਦੇ ਕਿਤਾਂ ਵੀ ਵੀਡੀਓ ਬਣਾਉਣਾ ਸ਼ੁਰੂ ਕਰ ਦੇ ਰਹੇ, ਬਿਲੀ ਵਾਇਰਲ ਥਿਓ। ਇਹ ਜਾਂ ਨਾ ਹੋਵੇ ਜੋ ਇਹ ਹੋ ਜਾਂ ਹਿਸਾਬ ਕਈ ਵੀ ਅੱਜ ਨਾਲ ਥੀ ਵੀ ਆਪਣਾ ਵੀਜ਼ਾ ਜ਼ਾਇ ਕਰੇ। ਠੀਕ ਹੈ ਸੰਗਤ, ਅੱਲਾ ਹਾਫਿਜ਼।